ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਬਾਦਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੀਐਸਈਬੀ ਦੇ ਵੱਲੋਂ ਬੋਰਡ ਦੀਆਂ ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਦੀ ਮਿਤੀ ਵਿੱਚ ਬਦਲਾ ਤਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡਾਂ ਪ੍ਰੀਖਿਆਵਾਂ ਦੀਆਂ ਮਿਤੀਆਂ ਬਾਦਲਾ ਦਿੱਤੀਆਂ ਗਈਆਂ ਹਾਂ ਤੇ ਪਹਿਲਾ ਬੋਰਡ ਦੇ ਵੱਲੋਂ 5ਵੀਂ ਦੀਆਂ ਪ੍ਰੀਖਿਆਵਾਂ 16-2-2023 ਅਤੇ 8ਵੀਂ ਦੀਆਂ ਪ੍ਰੀਖਿਆਵਾਂ 20-2-2023 ਤੋਂ ਸ਼ੁਰੂ ਹੋਣੀਆਂ ਹਨ ਪਰ ਹੁਣ 5ਵੀਂ ਸ਼੍ਰੇਣੀ ਦੀ ਪ੍ਰੀਖਿਆ ਹੁਣ 27 ਫਰਵਰੀ ਤੋਂ 6 ਮਾਰਚ ਤੱਕ 8ਵੀਂ ਸ਼੍ਰੇਣੀ ਦੀ ਪ੍ਰੀਖਿਆ 25 ਫਰਵਰੀ ਤੋਂ ਲੈ ਕੇ 21 ਮਾਰਚ ਤੱਕ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਹੁਣ 24 ਮਾਰਚ ਤੋਂ ਲੈ ਕੇ 20 ਅਪ੍ਰੈਲ ਤੱਕ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਹੁਣ 20 ਫਰਵਰੀ ਤੋਂ ਲੈ ਕੇ 20 ਅਪ੍ਰੈਲ ਤੱਕ ਕਰਵਾਉਂਦਾ ਫੈਸਲਾ ਕੀਤਾ ਹੈ। ਅਗਲੀ ਵੱਡੀ ਖਬਰ ਖੰਨਾ ਦੇ ਰਹਾਇਸ਼ੀ ਇਲਾਕੇ ਦੇ ਨੇੜੇੋਂ ਮਿਲਿਆ ਬੰਬ ਪੁਲਿਸ ਨੇ ਹਸਿਲ ਕੀਤਾ ਇਲਾਕਾ। ਤਾਂ ਦੋਸਤੋ 26 ਜਨਵਰੀ ਤੋਂ ਪਹਿਲਾਂ ਜਿੱਥੇ ਦੇਸ ਦਾ ਮਾਹੌਲ ਖਰਾਬ ਕਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ ਤੇ ਉੱਥੇ ਹੀ ਹੁਣ ਖੰਨਾ ਦੇ ਮਿਲਟਰੀ ਗਰਾਊਂਡ ਵਿਖੇ ਬੰਬ ਮਿਲਣ ਦੇ ਨਾਲ ਇਲਾਕੇ ਵਿੱਚ دہشتਤ ਫੈਲ ਗਈ। ਇਹ ਜੰਦਾ ਬੰਬ ਗਰਾਊਂਡ ਦੀ ਕੰਦ ਦੇ ਨਾਲ ਰੱਖਿਆ ਗਿਆ ਸੀ ਜੇਕਰ ਬੰਬ ਫਟ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਕਿਉਂਕਿ ਬੰਬ ਵਾਲੀ ਥਾਂ ਦੇ ਨਾਲ ਹੀ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ ਬੰਬ ਨਿਰੋਧਕ ਦੱਸਦੇ ਨੇ ਬੰਬ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਬੰਬਾ ਦੇਖਣ ਵਾਲੇ ਬਜ਼ੁਰਗ ਨੇ ਦੱਸਿਆ ਸੀ ਕਿ ਜਦੋਂ ਸਵੇਰੇ ਇੱਕ ਵਿਅਕਤੀ ਗਰਾਊਂਡ ਦੇ ਵਿੱਚ ਜੰਗਲ ਪਾਣੀ ਗਿਆ ਸੀ ਤਾਂ ਉਸ ਨੇ ਆ ਕੇ ਮੰਡੀ ਦੇ ਵਿੱਚ ਰੌਲਾ ਪਾਇਆ ਜਿਨ੍ਹਾਂ ਨੇ ਜਾ ਕੇ ਦੇਖਿਆ ਤਾਂ ਕੰਦ ਦੇ ਨਾਲ ਬੰਬ ਪਿਆ ਸੀ ਤੇ ਇਸ ਬਾਰੇ ਪੁਲਿਸ ਨੂੰ ਦੱਸਿਆ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਕਾਰਵਾਈ ਸ਼ੁਰੂ ਕੀਤੀ ਗਈ ਅਗਲੀ ਵੱਡੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਭਾਰਤੀ ਕਾਰਪੋਰੇਟਾ ਕਰਮਚਾਰੀਆਂ ਦੇ ਲਈ ਖੁਸ਼ ਖਬਰੀ ਚੰਗਾ ਪ੍ਰਦਰਸ਼ਨ ਕਰਨ ਤੇ ਤਨਖਾਹ ਦੇ ਵਿੱਚ 30% ਤੱਕ ਮਿਲੇਗਾ ਵਾਅਦਾ ਤਾਂ ਦੋਸਤੋ ਭਾਰਤ ਹਮੇਸ਼ਾ ਹੀ ਬਪ੍ਰੀਤਾਮ ਦਾ ਦੇਸ਼ ਰਿਹਾ ਹੈ ਇੱਕ ਪਾਸੇ ਇਹਦੇ ਨੌਕਰੀ ਬਾਜ਼ਾਰ ਵਿੱਚ ਬੇਰੋਜ਼ਗਾਰੀ ਦਰ ਸੋਲਾ ਮਿਨਾ ਦੇ ਉੱਚੇ ਪੱਧਰ 8% ਦੇ ਨਾਲ ਹੀ ਦਿਖਾਈ ਦਿੰਦੇ ਆ ਤੇ ਉੱਥੇ ਹੀ ਕਾਰਪੋਰੇਟ ਕਰਮਚਾਰੀ ਮੋਟੀਆਂ ਤਨਖਾਹਾਂ ਵਿੱਚ ਵਾਧੇ ਨੂੰ ਦੇਖਦੇ ਹਨ ਭਾਰਤੀ ਆਈਟੀ ਸੈਕਟਰ ਜੋ ਕਿ ਸਤੰਬਰ ਤੱਕ 20% ਤੋਂ ਵੱਧ ਆਰਟੀ ਸੰਦੇ ਨਾਲ ਜੂਝ ਰਿਹਾ ਹੱਸ ਤੇ ਹਨ 96% ਤੱਕ ਘਟਾ ਦਿੱਤੀਆ ਕਿਉਂਕਿ ਵਿਸ਼ਵ ਵਿਆਪੀ ਮੰਗ ਮੰਦੀ ਦੇ ਨਾਲ ਪ੍ਰਭਾਵਿਤ ਹੈ ਬਿਹਾਰਾਸ਼ਟਰੀ ਕੰਪਨੀਆਂ ਦੇ ਕਰਮਚਾਰੀਆਂ ਨੂੰ ਛੱਡਣਾ ਤੇ ਭਾਰਤੀ ਫਰਮਾਂ ਦੇ ਕਰਮਚਾਰੀਆਂ ਨੂੰ ਛਾਂਟਣ ਦੇ ਇਨਾ ਮੌਕਾ ਬਮਾਂ ਦੇ ਵਿਚਕਾਰ 2023 ਦੇ ਵਿੱਚ 30% ਤੱਕ ਵਾਧੇ ਦੀ ਉਮੀਦ ਆ ਕੀਤੀ ਜਾ ਸਕਦੀ ਹੈ ਭਾਰਤੀ ਕਾਰਪੋਰੇਸ਼ਨਾਂ ਦੇ ਵਿੱਚ ਉੱਚ ਪਰ ਦਰਸ਼ਨਾ ਕਰਨ ਵਾਲੇ ਪੇਸ਼ੇਵਾਰਾਂ ਨੂੰ 15 ਤੋਂ 30% ਤੱਕ ਦੇ ਵਿਚਕਾਰ ਕਿਤੇ ਵੀ ਤਨਖਾਹ ਦੇ ਵਿੱਚ ਵਾਧਾ ਮਿਲ ਸਕਦਾ ਜੋ ਕਿ ਏਸ਼ੀਆ ਵਿੱਚ ਸਭ ਤੋਂ ਵੱਧ ਹੈ ਅਸਤਨ ਤਨਖਾਹ ਦੇ ਵਿੱਚ ਵਾਧਾ ਆਮ ਤੌਰ ਤੇ ਇੰਡੀਆ ਐਨਕਾ ਦੇ ਕਰਮਚਾਰੀਆਂ ਦੇ ਲਈ 10% ਦੇ ਨੇੜੇ ਹੋਵੇਗਾ ਇਹ ਨਤੀਜੇ 818 ਕੰਪਨੀਆਂ ਦੇ ਗਲੋਬਲ ਸਰਵੇਖਣ ਤੋਂ ਆਏ ਹਨ ਤੇ ਜਿੱਥੇ 8 ਲੱਖ ਲੋਕਾਂ ਨੇ ਆਪਣੀ ਜਾਣਕਾਰੀ ਪ੍ਰਦਾਨ ਕੀਤੀ ਹੈ ਸੁਖਬੀਰਾ ਬਾਦਲ ਦੀਆਂ ਸਭ ਜਗਤਾਂ ਫੇਲ ਹੁਣ ਨਵੇਂ ਜਰਨਲਾਂ ਨੇ ਦਿੱਤੀ ਭੁੱਲ ਬਖਸ਼ਾਉਣ ਦੀ ਸਲਾਹ ਜੀ ਹਾਂ ਦੋਸਤੋ ਪਿਛਲੇ 6 ਸਾਲਾਂ ਤੋਂ ਪੰਜਾਬ ਦੀ ਜਨਤਾ ਦੇ ਵੱਲੋਂ ਰੱਦ ਕੀਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾ ਘਟਨ ਦਾ ਨਾਂ ਨਹੀਂ ਲੈ ਰਹੀਆਂ ਬੇਸ਼ੱਕ ਪਿਛਲੇ ਸਾਲ ਪ੍ਰਧਾਨ ਸਭਾ ਚੋਣਾਂ ਦੇ ਵਿੱਚ ਮੜ ਬੁਰਾ ਹਾਲਾ ਹੁਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਫੇਰਬਦਲ ਕੀਤੇ ਹਨ ਪਰ ਇਹਦੇ ਨਾਲ ਵੀ ਲੀਡਰਸ਼ਿਪ ਨੂੰ ਕੋਈ ਲੋਕਾਂ ਦਾ ਹੁਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਹੁਣ ਅਗਲੇ ਸਾਲ ਹੁਣ ਵਾਲੀਆਂ ਲੋਕ ਸਭਾ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਚਿੰਤਾ ਵਧਾ ਦਿੱਤੀ ਆ ਪਾਰਟੀ ਨੇ ਹੁਣ ਤੋਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਪਾਰਟੀ ਦੇ ਲਈ ਸਭ ਤੋਂ ਵੱਡੀ ਸਮੱਸਿਆ ਬੇਅਦਬੀ ਕਾਂਡ ਬਣਿਆ ਹੋਇਆ ਹੈ ਬੇਸ਼ੱਕ ਹੁਣ ਤੱਕ ਦੀ ਜਾਂਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦਾ ਬਦਲ ਦੇ ਖਿਲਾਫ ਕੋਈ ਪੁਖਤਾ ਸਬੂਤ ਹੱਥ ਨਹੀਂ ਲੱਗਾ ਪਰ ਅਕਾਲੀ ਦਲ ਪ੍ਰਤੀ ਸਿੱਖ ਜੱਥੇਬੰਦੀਆਂ ਦਾ ਗੁੱਸਾ ਘਟਿਆ ਨਹੀਂ ਹੈ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੰਗਲਵਾਰ ਨੂੰ ਹੋਈ ਪਲੇਟੀ ਮੀਟਿੰਗ ਦੇ ਵਿੱਚ ਆ ਪਾਰਟੀ ਆਗੂਆਂ ਨੇ ਬਿਆਰਵੀ ਕਾਂਡ ਦੇ ਦਾਗ ਧੋਣ ਦੇ ਲਈ ਅਕਾਲ ਤਖਤ ਸਾਹਿਬ ਦੇ ਪੇਸ਼ ਹੁੰਦੇ ਭਾਈਪਾਜ ਦੇ ਖਿਲਾਫ ਹਮਲਾਵਰ ਰੋਕ ਅਕਤਿਆਰ ਕਰਨ ਤੇ ਜ਼ੋਰ ਦਿੱਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਹੇਠ ਪਾਰਟੀ ਦੇ ਨਵੇਂ ਕਾਇਮਾ ਜਥੇਬੰਦ ਕਾ ਢਾਂਚੇ ਦੇ ਆਗੂਦਾਰਾਂ ਦੇ ਨਾਲ ਚੱਲੇ ਮੀਟਿੰਗਾਂ ਦੇ ਦੌਰ ਦੇ ਦੌਰਾਨ ਅਹਿਮ ਚਰਚਾਵਾਂ ਸਣੇ ਪਾਰਟੀ ਨੂੰ ਮੌਜੂਦਾ ਸਮੇਂ ਦੇ ਦੌਰਾਨ ਚੁਣੌਤੀਆਂ ਤੇ ਜਲੰਧਰ ਆਪ ਚੋਣਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਬਾਰੇ ਇਹ ਪੰਜਾਬ ਦੇ ਕਿਸਾਨਾਂ ਨੇ ਸੀਐਮ ਦੇ ਫੈਸਲੇ ਦਾ ਕੀਤਾ ਸਵਾਗਤ ਤਾਂ ਦੋਸਤੋ ਪੰਜਾਬ ਦੇ ਜੀਰਾ ਦੇ ਵਿੱਚ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਸਥਾਨਕ ਵਸਨੀਕਾਂ ਅਤੇ ਕਿਸਾਨਾਂ ਦੇ ਵਿਰੋਧ ਦੇ ਦੌਰਾਨ ਸੀਐਮ ਭਗਵੰਤ ਮਾਨ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦਿਆਂ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਐਸ ਨੂੰ ਲੋਕਾਂ ਦੀ ਜਿੱਤ ਦੱਸਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਨੇ ਐਸ ਨੂੰ ਆਪ ਸਰਕਾਰ ਦਾ ਸਲਾਘਾਯੋਗ ਕਦਮ ਦੱਸਿਆ ਹੈ ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਬਾਕੀ ਨੇਤਾ ਗੁਰਦੀਪ ਸਿੰਘਾ ਭੰਡਾਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਦਿੰਗਾ ਨੀਤੀਆਂ ਨੂੰ ਦੋਹਰੀ ਨੀਤੀ ਦੱਸਦੇ ਹੋਏ ਪ੍ਰਾਸ਼ਨਾ ਚੈਨਲ ਗਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸੰਤਾ ਬਲਬੀਰ ਸਿੰਘ ਸੀਚੇਵਾਲ ਜੋ ਕਿ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਦੱਸਦੇ ਹਨ ਉਹਨਾਂ ਨੇ ਸ਼ਰਾਬ ਫੈਕਟਰੀ ਦੇ ਸਾਰੇ ਤੱਥ ਬਕਬਕ ਏਜੰਸੀਆਂ ਦੇ ਪਾਸੋਂ ਪਾਸ ਕਰਨ ਦੀ ਗੱਲ ਕਹੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਅਕਤ ਫੈਕਟਰੀ ਨੂੰ ਬੰਦ ਕਰਨ ਦਾ ਜੋ ਫੈਸਲਾ ਕੀਤਾ ਹੈ ਤੇ ਉਹ ਕਿਸੇ ਅਦਾਲਤ ਦਾ ਫੈਸਲਾ ਨਹੀਂ ਸਥਾਨਕ ਲੋਕਾਂ ਤੇ ਕਿਸਾਨਾਂ ਦੇ ਨਡਰਤਾ ਦੇ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੋਕ ਲਹਿਰ ਬਣਾਉਣ ਦੀ ਜਤ ਹੈ ਚੀਨ ਨੂੰ ਲੱਗਾ ਵੱਡਾ ਝਟਕਾ ਭਾਰਤ ਵਿੱਚ ਬਣਨਗੇ ਆਈਫੋਨ ਤਾਂ ਦੋਸਤੋ ਚੀਨ ਆਈਫੋਨ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਪਰ ਹੁਣ ਇਹ ਅੰਕੜੇ ਤੇਜ਼ੀ ਦੇ ਨਾਲ ਬਦਲ ਰਹੇ ਹਨ ਕਿਉਂਕਿ ਨਮੀ ਰਿਪੋਰਟ ਦੇ ਮੁਤਾਬਕ 2027 ਤੱਕ ਦੁਨੀਆ ਭਰ ਦੇ ਵਿੱਚ ਵਿਕਣ ਵਾਲੇ ਆਈਫੋਨ ਦਾ ਅੱਧਾ ਹਿੱਸਾ ਮੇਡ ਇਨ ਇੰਡੀਆ ਹੋਵੇਗਾ ਤੇ ਇਸ ਤੋਂ ਪਹਿਲਾਂ ਵੀ ਇਸ ਸਬੰਧ ਵਿੱਚ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਾਲ 2025 ਤੱਕ ਦੁਨੀਆ ਦੇ 25% ਆਈਫੋਨ ਭਾਰਤ ਵਿੱਚ बन ਜਾਣਗੇ ਤੇ ਐਪਲ ਚੀਨ ਵਿੱਚ ਉਤਪਾਦਨ ਘਟਾ ਰਿਹਾ ਹੈ ਅਮਰਿਤਪਾਲ ਨੇ ਰਾਮ ਰਹੀਮ ਤੇ ਕੀਤੀ ਟਿੱਪਣੀ ਕਿਹਾ ਜੋ ਕਾਰਟੂਨ ਤੇ ਜੋਕਰਾਂ ਵਰਗੀਆਂ ਫਿਲਮਾਂ ਬਣਾਉਂਦਾ ਉਹਦੇ ਪਿੱਛੇ ਲੱਗਣਾ ਹਰਿਆਣਾ ਦੇ ਰੋहतक ਦੀ ਸਨਾਰੀਆ ਜ਼ਿਲ੍ਹੇ ਦੇ ਵਿੱਚ ਬੰਦ ਰਾਮ ਰਹੀਮ ਨੇ ਇੱਕ ਵਾਰ ਫਿਰ ਸਰਕਾਰ ਤੋਂ ਪੈਰੋਲ ਦੀ ਮੰਗ ਕੀਤੀ ਹੈ ਤੇ ਇਹਨਾਂ ਚਰਚਾਵਾਂ ਦੇ ਵਿਚਕਾਰ ਬਾਰਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਰਾਮ ਰਹੀਮ ਤੇ ਸਖਤ ਟਿੱਪਣੀ ਕੀਤੀ ਹੈ ਇੱਕ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਨੇ ਸੁਭਾਲ ਕੀਤਾ ਕਿ ਮਾਲਵੇ ਦੇ ਵਿੱਚ ਸਿੱਖ ਹਜੇ ਵੀ ਰਾਮ ਰਹੀਮ ਦੇ ਪ੍ਰੇਮੀ ਬਣੇ ਹੋਏ ਹਨ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਆਰਬੀ ਵਿੱਚ ਡੇਰੇ ਦੀ ਮੁੱਖ ਭੂਮਿਕਾ ਹੈ ਜੇ ਕੋਈ ਸਵੇਰੇ ਉੱਠ ਕੇ ਕਹੇ ਕਿ ਮੈਂ ਗੁਰੂ ਹਾਂ ਤਾਂ ਇਸ ਤੇ ਕਿੰਨਾ ਜ਼ੋਰ ਲੱਗਦਾ ਰਾਮ ਰਹੀਮ ਨੂੰ ਥੋੜਾ ਜਿਹਾ ਘੇਰਾ ਪਾਇਆ ਤਾਂ ਅਦਾਲਤ ਵਿੱਚ ਹਦੀਆਂ ਲੱਤਾਂ ਹਿੱਲ ਗਈਆਂ ਉਸ ਦੇ ਪ੍ਰੇਮੀਆਂ ਨੇ ਡੇਰੇ ਵਿੱਚ ਬੰਬ ਬਣਾਏ ਮੌੜ ਬੰਬ ਕਾਂਡ ਵਿੱਚ ਛੋਟੇ ਬੱਚੇ ਮਾਰੇ ਗਏ ਸਨ ਕੀ ਤੁਸੀਂ ਉਹਦੀ ਪਛਾਣ ਕਰਨਾ ਚਾਹੁੰਦੇ ਹੋ ਜੋ ਕਾਰਟੂਨ ਅਤੇ ਜੋਕਰ ਵਰਗੀਆਂ ਫਿਲਮਾਂ ਬਣਾਉਣਾ ਸ਼ੁਰੂ ਕਰਦਾ ਹੈ ਉਸਦੇ ਆਪਣੇ ਜੀਵਨ ਦੇ ਵਿੱਚ ਕੋਈ ਸਾਦਗੀ ਨਹੀਂ ਅਤੇ ਉਸਦੇ ਪੱਤਰਕਾਰ ਦੇ ਨਾਲ ਅਤੇ ਕਤਲ ਦੇ ਦੋਸ਼ ਸਾਬਤ ਹੋ ਚੁੱਕੇ ਹਨ ਭਾਰਤ ਦੇ ਲੋਕਾਂ ਨੂੰ ਅੱਜ ਮਿਲੇਗੀ ਖੁਸ਼ਖਬਰੀ ਪੀਐਮ ਮੋਦੀ ਅੱਜ ਲੈ ਸਕਦੇ ਹਨ ਵੱਡੇ ਫੈਸਲੇ ਤਾਂ ਦੋਸਤੋ ਰਾਸ਼ਟਰੀ ਰਾਜਤਾਨਿਰ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ ਤੇ ਇਸਾ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਿੱਚ ਵੱਡੇ ਫੈਸਲੇ ਲੈ ਸਕਦੇ ਹਨ ਤੇ ਜਿਹੜੇ ਵਿੱਚ ਅੱਜ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਦੋ ਦਿਨਾਂ ਮੀਟਿੰਗ ਦੇ ਵਿੱਚ ਜੇਪੀ ਨੱਠਾ ਨੂੰ ਭਾਇਪਾ ਦੇ ਕੌਮੀ ਪ੍ਰਧਾਨ ਦੇ ਵਜੋਂ ਜੂਨ 2024 ਤੱਕ ਸੇਵਾ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਪੰਜਾਬ ਚ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ ਇਹਨਾਂ ਤਰੀਕਾਂ ਦੇ ਲਈ ਵਿਭਾਗ ਨੇ ਜਾਰੀ ਕਰ ਦਿੱਤੀ ਚੇਤਾਵਨੀ ਤਾਂ ਦੋਸਤੋ ਪੰਜਾਬ ਦੇ ਵਿੱਚ ਆ ਠੰਡ ਦੇ ਨਾਲ ਠਰ ਠਰ ਕਰਦੇ ਲੋਕਾਂ ਦੇ ਲਈ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਮੌਸਮਾ ਵਿਭਾਗ ਦੇ ਵੱਲੋਂ 22 ਤਾਰੀਖ ਨੂੰ ਲੈ ਕੇ 26 ਤਾਰੀਖ ਤੱਕ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਿਆ ਤੇ ਆਦੀ ਜਾਣਕਾਰੀ ਦਿੰਦੇ ਹੋਏ ਮੌਸਮਾ ਵਿਭਾਗ ਦੇ ਡਾਇਰੈਕਟਰ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 22 ਤਾਰੀਖ ਤੋਂ ਲੈ ਕੇ 23 ਤਾਰੀਖ ਤੱਕ ਸੂਬੇ ਦੇ ਬਕਵਾਕੇ ਇਲਾਕੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਰੋਡਵੇ ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ 2000 ਨਵੀਆਂ ਬੱਸਾਂ ਜੀਆ ਦੋਸਤੋ ਹਰਿਆਣਾ ਦੇ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਬੱਚ ਲੋਕਾਂ ਦਾ ਸਫਰ ਸੌਖਾ ਕਰਨ ਲਈ ਰੋਡਵੇ ਦੇ ਬੇੜੇ ਵਿੱਚ ਮਾਰਚ 2023 ਤੱਕ 2000 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਸ਼ਰਮਾ ਨੇ ਸੂਣੀਪਾਦ ਦੇ ਬੱਚ ਜ਼ਿਲ੍ਹਾ ਪ੍ਰੀਸ਼ਦ ਤੇ ਕਾਸਟਨ ਵਾਰਨ ਸੰਪਤੀ ਦੀ ਮਹੀਨਾਵਾਰ ਮੀਟਿੰਗ ਦੀ ਸੁਣਵਾਈ ਤੋਂ ਬਾਅਦ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਦੌਰਾਨ ਇਹ ਜਾਣਕਾਰੀ ਦਿੱਤੀ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਚੰਡੀਗੜੀਆਂ ਨੂੰ ਵੱਡਾ ਝਟਕਾ ਫਲੋਰ ਵਾਈਜ਼ ਰਜਿਸਟਰੀਆਂ ਤੇ ਰੋਕ ਹੈ ਤਾਂ ਦੋਸਤੋ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਚੰਡੀਗੜੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਅਦਾਲਤ ਦੇ ਵੱਲੋਂ ਚੰਡੀਗੜ੍ਹ ਵਿੱਚ ਸੈਕਟਰ 1 ਤੋਂ 30 ਫੇਜ 1 ਦੇ ਮਕਾਨਾਂ ਨੂੰ ਬਹੁ ਮੰਜਲਾ ਇਮਾਰਤਾਂ ਵਿੱਚ ਵੰਡਣ ਤੇ ਰੋਕ ਹੈ ਲਾਉਣ ਦੇ ਫੈਸਲੇ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਕਮ ਅਸਟੇਟ ਅਫਸਰ ਨੇ ਸ਼ਹਿਰ ਵਿੱਚ ਮੰਜ਼ਲ ਦੇ ਅਨੁਸਾਰ ਰਜਿਸਟਰੀਆਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਐਸ ਸਬੰਧ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਸਹਾਇਕ ਅਸਟੇਟ ਅਫਸਰਾਂ ਤੇ ਤਹਿਸੀਲਦਾਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ 113 ਰੁਪਏ ਲੀਟਰ ਤੇ ਪੁੱਜਿਆ ਪੈਟਰੋਲ ਹੈ ਜਾਨੋ ਆਪਣੇ ਸ਼ਹਿਰ ਦੇ ਵਿੱਚ ਕਿੰਨੇ ਰੁਪਏ ਵਧਿਆ ਭਾਅ ਤਾਂ ਦੋਸਤੋ ਗਲੋਬਲ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਵਾਂ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲਿਆ ਅਤੇ ਪਿਛਲੇ 24 ਘੰਟਿਆਂ ਦੇ ਦੌਰਾਨ ਕਰੀਬਾ 2 ਡਾਲਰ ਪ੍ਰਤੀ ਬੈਰਲ ਦਾ ਉਛਾਲ ਦੇਖਣ ਨੂੰ ਮਿਲਿਆ ਜਿਸ ਕਾਰਨ ਬ੍ਰੈਂਟ ਕਰੂਡ ਦੀ ਕੀਮਤ 86 ਡਾਲਰ ਨੂੰ ਪਾਰ ਕਰ ਗਈ ਹੈ ਇਸ ਦੌਰਾਨ ਬੁੱਧਵਾਰ ਸਵੇਰੇ ਸਰਕਾਰੀ ਤੇਲ ਕੰਪਨੀਆਂ ਦੇ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤਾਜ਼ਾ ਜਾਰੀ ਕੀਤੀਆਂ ਗਈਆਂ ਜਿਸ ਵਿੱਚ ਵਾਧਾ ਦੇਖਿਆ ਜਾ ਰਿਹਾ ਅਤੇ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਵਿੱਚ ਇਹ ਰੇਟ 113 ਰੁਪਏ ਪ੍ਰਤੀ ਲੀਟਰ ਨੂੰ ਵੀ ਪਾਰ ਕਰ ਗਿਆ ਹਾਲਾਂਕਿ ਅੱਜ ਵੀ ਦਿੱਲੀ ਅਤੇ ਮੁੰਬਈ ਵਰਗੇ ਦੇਹ ਦੇ ਚਾਰੇ ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ। ਵੱਡੀ ਖਬਰ ਭਾਇਪਾ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਜੀਆ ਦੋਸਤੋ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਇਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿੱਚ ਭਾਇਪਾ ਦਾ ਪੱਲਾ ਫੜਿਆ ਹੈ। ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਅਸਤੀਫਾ ਦਿੱਤਾ ਸੀ। ਰਾਹੁਲ ਗਾਂਧੀ ਨੂੰ ਭੇਜੇ ਲੰਬੇ ਚੌੜੇ ਅਸਤੀਫੇ ਵਿੱਚ ਮਨਪ੍ਰੀਤ ਨੇ ਕਈ ਗਲੇ ਸ਼ਿਕਵੇ ਵੀ ਪਾਰਟੀ ਲੀਡਰਸ਼ਿਪ ਦੇ ਨਾਲ ਕੀਤੇ ਸਨ ਜਿਸ ਵਿੱਚ ਉਹਨਾਂ ਨੇ ਕਿਸੇ ਖਾਸ ਆਗੂ ਦਾ ਨਾਂ ਤਾਂ ਨਹੀਂ ਲਿਆ ਸੀ ਪਰ ਉਹਨਾਂ ਨੇ ਸਿੱਧੇ ਤੌਰ ਤੇ ਕਾਂਗਰਸ ਦੇ ਮੌਜੂਦਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੱਡੇ ਹਮਲੇ ਬੋਲੇ ਸਨ ਕੀ ਕਿਹਾ ਮਨਪ੍ਰੀਤ ਬਾਦਲ ਨੇ ਅਸਤੀਫੇ ਦੇ ਵਿੱਚ ਮਨਪ੍ਰੀਤ ਬਾਦਲ ਨੇ ਅਸਤੀਫੇ ਦੇ ਵਿੱਚ ਆਖਿਆ ਹੈ ਕਿ ਕਾਂਗਰਸ ਨੇ ਪਾਰਟੀ ਅਤੇ ਪੰਜਾਬ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੂੰ ਸੌਂਪਿਆ ਉਹਨਾਂ ਨੇ ਕਾਂਗਰਸ ਨੂੰ ਜੋੜਨ ਦੀ ਬਜਾਏ ਸਗੋਂ ਹੋਰ ਤੋੜਿਆ ਹੈ। ਉਹਨਾਂ ਲੋਕਾਂ ਨੇ ਧੜੇਬੰਦੀ ਨੂੰ ਹੋਰ ਵਧਾਉਂਦਾ ਕੰਮ ਕੀਤਾ। ਮਨਪ੍ਰੀਤ ਨੇ ਕਿਹਾ ਹੈ ਕਿ ਉਹ ਅਸਤੀਫਾ ਦੇਣ ਲੱਗੇ ਬਹੁਤ ਉਦਾਸ ਹਨ। ਮਨਪ੍ਰੀਤ ਨੇ ਕਹਿ ਕੇ ਜਿਵੇਂ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਉਹਨਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਸਨ। ਪਰ ਕਾਂਗਰਸ ਦੀ ਕਮਾਨ ਉਹਨਾਂ ਲੋਕਾਂ ਦੇ ਹੱਥ ਵਿੱਚ ਦਿੱਤੀ ਗਈ ਜਿਨ੍ਹਾਂ ਨੇ ਕਾਂਗਰਸ ਵਿੱਚ ਧੜੇਬੰਦੀ ਹੋਰ ਵਧਾਈ ਹੈ।